ਨਸ਼ਾ ਕਾਨੂੰਨ ਬਣਿਆ ਸੀ, ਟਾਡਾ ਬਣਿਆ ਸੀ, ਪੋਟਾ ਬਣਿਆ ਸੀ, NIA ਇਹ ਬਹੁਤ ਜਾਬਰ ਕਾਨੂੰਨ ਹੈ। ਕੋਈ ਵੀ ਬੰਦੇ ਨੂੰ ਪੁਲਿਸ ਚੱਕ ਕੇ ਆ ਕੇ ਕੋਈ ਕੇਸ ਸਕਦੀ ਹੈ, ਬਹੁਤ ਵੱਡਾ ਜਾਬਰ ਕਾਨੂੰਨ ਹੈ। ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ, ਅੱਜ ਪੰਜਾਬ ਦਾ ਤਹਿਸੀਲ ਕੇਜਰੀਵਾਲ ਕਿਉਂ ਨਹੀਂ ਬੋਲਦਾ ਜੀ? ਅੱਜ ਕੇਜਰੀਵਾਲ ਕਿੱਥੇ ਹੈ, ਬੋਲਦਾ ਕਿਉਂ ਨਹੀਂ? ਉਹਨੂੰ ਵੀ ਇਸ ਗੱਲ 'ਤੇ ਕਰੇ, ਭਗਵੰਤ ਮਾਨ ਪਾਰਲੀਮੈਂਟ 'ਚ ਕਿਉਂ ਨਹੀਂ ਬੋਲਦਾ? 370 ਧਾਰਾ ਤੋੜੀ ਹੈ, ਇਹ ਗੈਰ ਕਾਨੂੰਨੀ ਗੱਲ ਹੋਈ ਆ। ਪਾਰਲੀਮੈਂਟ ਦਾ ਕੋਈ ਸੈਸ਼ਨ ਨਹੀਂ ਹੋਇਆ, ਕੋਈ ਵਚਨ ਨਹੀਂ ਹੋਇਆ, ਕੋਈ ਵਿਚਾਰ ਨਹੀਂ ਹੋਇਆ। ਇਸ ਕਰਕੇ ਜਿਹੜੇ ਦਿੱਲੀ ਤੋਂ ਆ, ਇੱਕੋ ਥੈਲੀ ਦੇ ਚੱਟੇ ਵੱਟੇ ਆ। ਸਿੱਖ ਕੌਮ ਸ਼ਾਂਤੀ ਚਾਹੁੰਦੀ ਹੈ, ਇਹਦੀ ਲੜਾਈ ਨਾ ਹਿੰਦੂ ਨਾਲ ਆ, ਨਾ ਮੁਸਲਮਾਨਾਂ ਨਾਲ, ਇਸਾਈ ਨਾਲ ਆ। ਸਾਡੀ ਲੜਾਈ ਜਬਰ ਨਾਲ ਆ, ਜਬਰ ਕਰਨ ਨਾਲ, ਭਾਵੇਂ ਬਾਬਰ ਹੋਵੇ, ਭਾਵੇਂ ਇੰਦਰਾ ਗਾਂਧੀ ਹੋਵੇ, ਭਾਵੇਂ ਮੋਦੀ ਹੋਵੇ। ਜੇ ਇਹ ਤਾਂ 370 ਧਾਰਾ ਤੋੜਤੀ, ਹੁਣ ਜਿਹੜੇ ਅਸੀਂ ਪੰਜਾਬ ਦੇ ਲੋਕ ਹੈ, ਪੰਜਾਬ ਦੇ ਨਾ ਤਾਂ ਅਸੀਂ ਰਾਜਸਥਾਨ ਜ਼ਮੀਨ ਖਰੀਦ ਸਕਦੇ ਹਾਂ, ਨਾ ਅਸੀਂ ਹਿਮਾਚਲ 'ਚ ਖਰੀਦ ਸਕਦੇ ਹਾਂ, ਨਾ ਅਸੀਂ ਉਤਰਾਂਚਲ 'ਚ ਖਰੀਦ ਸਕਦੇ ਹਾਂ, ਅਤੇ ਨਾ ਹੁਣ ਅਸੀਂ ਗੁਜਰਾਤ 'ਚ ਖਰੀਦ ਸਕਦੇ ਹਾਂ। ਅਤੇ ਹੁਣ ਅਤੇ ਇਹ ਕਿਉਂ ਨਹੀਂ ਤੋੜੀ ਬਈ? ਆਪਦੇ ਉੱਤੇ ਵੀ ਜ਼ਬਰ ਹੋ ਰਿਹਾ, ਕਸ਼ਮੀਰੀਆਂ 'ਤੇ ਜ਼ਬਰ ਹੋਇਆ। ਸਾਡੀ ਲੜਾਈ ਜ਼ਬਰ ਦੇ ਵਿਰੁੱਧ ਹੈ। ਜੇ ਇੰਡੀਆ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਪੀਸ ਰੱਖਣੀ ਹੈ, ਤਾਂ 370 ਧਾਰਾ ਖਤਮ ਕਰਕੇ ਕਸ਼ਮੀਰੀਆਂ ਦੀ ਜਿਹੜੀ, ਜਾਂ ਤਾਂ ਉਹਨਾਂ ਦਾ ਰੈਫਰੈਂਡਮ ਕਰਾਓ, ਜਾਂ ਉਹਨਾਂ ਦੀ ਪਲੈਬਿਸਾਈਟ ਕਰਾਓ, ਉਹਨਾਂ ਦੀ ਰਾਏ ਲੈ ਕੇ ਇਹ ਸ਼ਾਂਤੀ ਲਿਆਉਣੀ ਚਾਹੀਦੀ ਹੈ। ਕਸ਼ਮੀਰੀਆਂ 'ਤੇ ਜ਼ਬਰ ਹੋ ਰਿਹਾ, ਉੱਥੇ ਸਿੱਧੀਆਂ ਗੋਲੀਆਂ ਮਾਰ ਰਹੇ ਹੈ, ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ। ਫੌਜ ਦੇ ਰਹੀ ਪੈਰਾਮਿਲਟਰੀ ਫੋਰਸ ਦੇ ਵਿੱਚ ਗੁੰਡਾਗਰਦੀ ਦਾ ਰਾਜ ਹੈ। ਅਸੀਂ ਇਸ ਦੇ ਵਿਰੁੱਧ ਇੱਕ ਪੀਸਫੁਲੀ ਭਾਰਤ ਦੇ ਪ੍ਰੈਜ਼ੀਡੈਂਟ ਨੂੰ ਇੱਕ ਮੈਮੋਰੈਂਡਮ ਕੀਤਾ।